ਡਿਪਟੀ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਚੋਣ ਪ੍ਰਚਾਰ ਦੇ ਵਿੱਚ ਨਜ਼ਰ ਨਹੀਂ ਆ ਰਹੇ। ਤੇ ਮਾਝੇ ਦਾ ਜਰਨੈਲ ਕਿਹਾ ਜਾਣ ਵਾਲਾ ਲੀਡਰ ਨਾਰਾਜ਼ ਹੋ ਜੇ ਤੇ ਫਿਰ ਕਿਤੇ ਨਾ ਕਿਤੇ ਚਰਚਾ ਹੁੰਦੀ ਹੈ। ਅਕਾਲੀ ਦਲ ਨੇ ਟਿਕਟਾਂ ਵੰਡਣੀਆਂ ਸੀ ਨਾ ਤਾਂ ਕਹਿੰਦੇ ਮਨਜੀਠੀਆ ਜੀ ਨੂੰ ਜਿਹੜਾ ਪੁੱਛਿਆ ਨਹੀਂ ਗਿਆ। ਸਰਦਾਰ ਬਿਕਰਮ ਸਿੰਘ ਮਜੀਠੀਆ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਅਨਿਲ ਜੋਸ਼ੀ ਜੀ ਲਈ ਪ੍ਰਚਾਰ ਕਰ ਰਹੇ ਨੇ। ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਜਿੱਥੇ ਪਾਰਟੀ ਨੇ ਉਹਨਾਂ ਦੀ ਡਿਊਟੀ ਲਾਈ ਹੈ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਨੇ। ਖਡੂਰ ਸਾਹਿਬ ਦੀ ਜਿਹੜੀ ਟਿਕਟ ਹੈ ਉਹ ਅਨਾਊਂਸ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ, ਉੱਥੋਂ ਵਿਰਸਾ ਸਿੰਘ ਬਲਟੂਹਾ ਨੂੰ ਉਮੀਦਵਾਰ ਲਾਉਂਦੇ, ਕਹਿੰਦੇ ਉਦੋਂ ਤੋਂ ਨਾਰਾਜ਼ ਚੱਲ ਰਹੇ। ਵਿਕਰਮ ਮਜੀਠੀਆ ਵੀ ਕਿਤੇ ਨਾ ਕਿਤੇ ਸੋਚ ਰਹੇ ਨਾ ਵੀ ਹੁਣ ਉਹ ਲੋਕ ਸਭਾ ਤੋਂ ਵਾਂਝੇ ਰਹਿ ਗਏ, ਹਰਸਿਮਰਤ ਕੌਰ ਬਾਦਲ ਉਹ ਬਠਿੰਡਾ 'ਚ ਖੜ੍ਹੇ ਹੋਣ ਅਤੇ ਉਹਨਾਂ ਲਈ ਉੱਥੇ ਚੋਣ ਪ੍ਰਚਾਰ ਨਾ ਹੋ। ਵਿਕਰਮ ਮਜੀਠੀਆ ਤਾਂ ਉਹ ਫੈਕਟ ਹੋ ਗਿਆ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਟਿਕਟ ਨਹੀਂ ਮਿਲੀ, ਦੂਜਾ ਵਿਕਰਮ ਸਿੰਘ ਮਜੀਠੀਆ ਨੂੰ ਖੁਦ ਟਿਕਟ ਨਹੀਂ ਮਿਲੀ। ਇਹ ਬੀਤੇ ਦਿਨ ਕੋਰ ਕਮੇਟੀ ਮੀਟਿੰਗ ਹੋਈ ਸੀ ਅਕਾਲੀ ਦਲ ਦੀ, ਉਹਦੇ 'ਚ ਵੀ ਨਹੀਂ ਗਏ। ਬਿਨਾਂ ਟਿਕਟ ਤੋਂ ਕਹਿਤਾ ਸੀ ਵੀ ਜੇ ਮੈਂ ਲੜਨਾ ਤਾਂ ਬਠਿੰਡੇ ਤੋਂ ਲੜਨਾ, ਮੈਨੂੰ ਲੜਨਾ ਹੀ ਨਹੀਂ ਗਾ, ਮੇਰੀ ਸੀਟ ਹੀ ਬਠਿੰਡਾ ਹੋਊਗੀ। ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਦੀ, ਕਿਉਂਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਚੋਣ ਪ੍ਰਚਾਰ ਦੇ ਵਿੱਚ ਨਜ਼ਰ ਨਹੀਂ ਆ ਰਹੇ। ਬੇਸ਼ੱਕ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਲਗਾਤਾਰ ਬਿਆਨਬਾਜ਼ੀ ਤਾਂ ਦੇ ਰਹੇ ਨੇ, ਪਰ ਕਿਹਾ ਜਾ ਰਿਹਾ ਕਿ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ। ਕਿਹੜੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ, ਕਿਹੜੇ ਲੀਡਰ ਤੋਂ ਨਾਰਾਜ਼ ਚੱਲ ਰਹੇ ਨੇ, ਉਸ ਦੇ ਉੱਪਰ ਅਸੀਂ ਚਰਚਾ ਕਰਾਂਗੇ, ਕਿਉਂਕਿ ਮੇਰੇ ਨਾਲ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਮੌਜੂਦ ਨੇ। ਰੁਪਾਣਾ ਜੀ, ਰੁਪਾਣਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰੁਪਾਣਾ ਜੀ, ਕਹਿੰਦੇ ਮਾਝੇ ਜਰਨੈਲ ਨਾਰਾਜ਼ ਚੱਲ ਰਹੇ ਨੇ, ਕਿਸ ਤੋਂ ਨਾਰਾਜ਼ ਚੱਲ ਰਹੇ ਨੇ, ਥੋੜ੍ਹੀ ਜਾਣਕਾਰੀ ਸਾਂਝੀ ਕੀਤੀ ਜਾਵੇ। ਅਮਰਜੀਤ, ਗੱਲ ਇਹ ਵੀ ਜਿਹੜੀਆਂ ਨਾਰਾਜ਼ਗੀਆਂ ਪਾਰਟੀਆਂ ਵਿੱਚ ਚੱਲਦੀਆਂ ਰਹਿੰਦੀਆਂ, ਕੋਈ ਵੀ ਪਾਰਟੀ ਹੋਵੇ ਜਿਹੜੇ ਲੀਡਰ ਨੇ, ਖਾਸ ਕਰਕੇ ਚੋਣਾਂ ਵਾਲੇ ਦਿਨਾਂ, ਬਿਲਕੁਲ ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਇੱਕ ਦੂਜੇ ਜਿਹੜੀ ਨਾਰਾਜ਼ਗੀ ਉਹ ਚੱਲਦੀ ਰਹਿੰਦੀ ਆ, ਪਰ ਜਦੋਂ ਇੱਕ ਪਾਰਟੀ ਦਾ ਸਟਾਰ ਪ੍ਰਚਾਰਕ, ਵੱਡਾ ਲੀਡਰ ਤੇ ਮਾਝੇ ਦਾ ਜਰਨੈਲ ਕਿਹਾ ਜਾਣ ਵਾਲਾ ਲੀਡਰ ਨਾਰਾਜ਼ ਹੋ ਜੇ ਤੇ ਫਿਰ ਕਿਤੇ ਨਾ ਕਿਤੇ ਚਰਚਾ ਹੁੰਦੀ ਹੈ। ਬਿਲਕੁਲ ਠੀਕ ਹੈ। ਗੱਲ ਇਹ ਹੈ ਕਿ ਕੁਝ ਦਿਨਾਂ ਤੋਂ ਵਿਕਰਮ ਮਜੀਠੀਆ ਵੱਡੀਆਂ ਰੈਲੀਆਂ 'ਚ ਨਜ਼ਰ ਨਹੀਂ ਆ ਰਹੇ। ਬਿਲਕੁਲ, ਬੇਸ਼ੱਕ ਉਹ ਨੁੱਕਣ ਮੀਟਿੰਗਾਂ ਕਰ ਰਹੇ ਨੇ ਆਪਣੇ ਏਰੀਏ ਦੇ ਵਿੱਚ, ਜਿਹੜਾ ਦੁਆਬੇ ਏਰੀਏ 'ਚ, ਮਾਝੇ ਏਰੀਏ ਦੇ ਵਿੱਚ, ਖਾਸ ਕਰਕੇ ਅੰਮ੍ਰਿਤਸਰ ਇਲਾਕੇ 'ਚ, ਕਿਉਂਕਿ ਉਹਨਾਂ ਦਾ ਜਿਹੜਾ ਇਲਾਕਾ ਪੈਂਦਾ ਜਿੱਥੋਂ ਉਹ ਜਿੱਤੇ ਸੀ, ਬਿਲਕੁਲ ਅੰਮ੍ਰਿਤਸਰ ਸਾਰਾ ਸਰਹੱਦੀ ਇਲਾਕਾ, ਉਹ ਵੀ ਅੰਮ੍ਰਿਤਸਰ ਏਰੀਏ 'ਚ ਪੈਂਦਾ ਲੋਕ ਸਭਾ ਦੇ ਵਿੱਚ, ਅਤੇ ਉਹ ਆਪਣੇ ਏਰੀਏ 'ਚ ਨੁੱਕੜ ਮੀਟਿੰਗਾਂ ਲਗਾਤਾਰ ਕਰ ਰਹੇ ਨੇ। ਪਰ ਗੱਲ ਇਹ ਹੈ ਕਿ ਜਦੋਂ ਇੰਨਾ ਵੱਡਾ ਲੀਡਰ ਸਿਰਫ ਨੁੱਕੜ ਮੀਟਿੰਗਾਂ ਤੱਕ ਸੀਮਤ ਰਹਿ ਜੇ ਤਾਂ ਚਰਚਾ ਉਦੋਂ ਜ਼ਿਆਦਾ ਹੁੰਦੀ। ਬਿਲਕੁਲ ਠੀਕ ਹੈ। ਲੋਕਾਂ 'ਚ ਕਾਫ਼ੀ ਚਰਚਾ 2-4 ਦਿਨਾਂ ਦੇ ਵਿੱਚ ਵੀ ਨਾਰਾਜ਼ ਚੱਲ ਰਹੇ ਨੇ ਉਹ ਪਾਰਟੀ ਤੋਂ, ਪਰ ਆਪਾਂ ਇਸ ਗੱਲ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਜਿਹੜੇ ਪਾਰਟੀ ਦੇ ਸਪੋਕਸਮੈਨ ਨੇ, ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਅਰਸ਼ਦੀਪ ਸਿੰਘ ਕਲੇਰ ਚੀਫ ਸਪੋਕਸਮੈਨ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰ ਲਈਏ ਅਤੇ ਉਸ ਤੋਂ ਬਾਅਦ ਆਪਾਂ ਫਿਰ ਟਿੱਪਣੀ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਉਹਨਾਂ ਦੀ ਵੀ ਗੱਲ ਵਿੱਚ ਲਵਾਂਗੇ ਅਤੇ ਉਸ ਤੋਂ ਬਾਅਦ ਫਿਰ ਗੱਲ ਕਰਾਂਗੇ ਵੀ ਨਾਰਾਜ਼ਗੀ ਉਹਨਾਂ ਦੀ ਹੋ ਕਿਉਂ ਸਕਦੀ ਹੈ। ਬਿਲਕੁਲ ਠੀਕ ਹੈ। ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਅਰਸ਼ਦੀਪ ਸਿੰਘ ਕਲੇਰ ਨਾਲ ਜੀ, ਤੇ ਚੀਫ ਸਪੋਕਸਮੈਨ ਅਰਸ਼ਦੀਪ ਸਿੰਘ ਕਲੇਰ। ਕਲੇਰ ਸਾਹਿਬ, ਤੁਹਾਡਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਧੰਨਵਾਦ। ਕਲੇਅਰ ਸਾਹਿਬ, ਇੱਕ ਚਰਚਾ ਚੱਲ ਰਹੀ ਹੈ ਪਿਛਲੇ ਕੁਝ ਦਿਨ ਤੋਂ ਕਿ ਜਿਹੜੇ ਪਾਰਟੀ ਦੇ ਵੱਡੇ ਲੀਡਰ ਨੇ ਵਿਕਰਮ ਸਿੰਘ ਮਜੀਠੀਆ, ਕਿ ਉਹ ਚੋਣ ਪ੍ਰਚਾਰ ਤੋਂ ਕਾਫੀ ਦੂਰ ਨੇ, ਕੀ ਲੱਗਦਾ ਹੈ ਕਿ ਚੋਣ ਪ੍ਰਚਾਰ ਕਰ ਰਹੇ ਨੇ, ਚੋਣ ਪ੍ਰਚਾਰ ਤੋਂ ਦੂਰ ਚੱਲ ਰਹੇ ਨੇ, ਕੋਈ ਰੁੱਸੇ ਹੋਏ ਨੇ ਸ਼ਾਇਦ? ਦੇਖੋ ਜੀ, ਅੱਜ ਕੱਲ ਦਾ ਜਿਹੜਾ ਦੌਰ ਚੱਲ ਰਿਹਾ ਨਾ, ਇਹ ਮੀਡੀਆ ਦੇ ਵਿੱਚ ਕਈ ਵਾਰੀ
ਜਿਹੜੇ ਵੈਸਟਡ ਇੰਟਰਸਟ ਨੇ ਉਹਨਾਂ ਵੱਲੋਂ ਫੇਕ ਖਬਰਾਂ ਫਲੋਟ ਕੀਤੀਆਂ ਜਾਂਦੀਆਂ ਨੇ ਔਰ ਇਹਦੇ ਵਿੱਚ ਸਰਕਾਰ ਤਾਂ ਸਭ ਤੋਂ ਮੂਹਰੇ ਚੱਲਦੀ ਹੈ ਕਿਉਂਕਿ ਸਰਕਾਰ ਕੰਮ ਕੋਈ ਕਰਦੀ ਨੀ, ਲੋਕਾਂ ਨਾਲ ਕੀਤੇ ਵਾਅਦੇ ਉਹਨਾਂ ਨੇ ਪੂਰੇ ਕਰਨੇ ਨੀ। ਉਹਨਾਂ ਦਾ ਇੱਕੋ ਕੰਮ ਹੈ ਕਿ ਵਿਰੋਧੀਆਂ ਨੂੰ ਟਾਰਗੇਟ ਕਰੋ ਤੇ ਵਿਰੋਧੀਆਂ ਬਾਰੇ ਜਿਹੜਾ ਕੂੜ ਪ੍ਰਚਾਰ ਹੈ ਉਹ ਆਪਣਾ ਜਿਹੜਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ ਉਹਦੇ ਥਰੂ ਮੀਡੀਆ ਦੇ ਵਿੱਚ ਫੀਡ ਕਰੋ। ਮੈਂ ਦੱਸ ਦੇਣਾ ਚਾਹੁੰਦਾ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਅਨਿਲ ਜੋਸ਼ੀ ਜੀ ਲਈ ਪ੍ਰਚਾਰ ਕਰ ਰਹੇ ਨੇ ਕਿਉਂਕਿ ਮਜੀਠਾ ਜਿਹੜਾ ਹਲਕਾ ਹੈ ਉਹ ਵੀ ਅੰਮ੍ਰਿਤਸਰ ਲੋਕ ਸਭਾ ਦਾ ਹਿੱਸਾ ਹੈ। ਸੋ ਮਜੀਠੀਆ ਸਾਹਿਬ ਨੇ ਉੱਥੇ ਅਨਿਲ ਜੋਸ਼ੀ ਸਾਹਿਬ ਦੀ ਕਮਾਨ ਸੰਭਾਲੀ ਹੈ ਔਰ ਮਾਝੇ ਦਾ ਜਿੰਨਾ ਏਰੀਆ ਹੈਗਾ ਚਾਹੇ ਉੱਥੇ ਖਡੂਰ ਸਾਹਿਬ ਸੀਟ ਹੋਵੇ, ਗੁਰਦਾਸਪੁਰ, ਡਾਕਟਰ ਦਲਜੀਤ ਚੀਮਾ ਦੇ ਪ੍ਰਚਾਰ ਦੇ ਵਿੱਚ ਉਹ ਲਗਾਤਾਰ ਨਾਲ ਜਾ ਰਹੇ ਨੇ, ਫੋਟੋਆਂ ਆ ਰਹੀਆਂ ਨੇ। ਸੋ ਬਿਕਰਮ ਮਜੀਠੀਆ ਸਾਹਿਬ ਪਾਰਟੀ ਦੇ ਨਾਲ ਖੜੇ ਨੇ, ਬਿਕਰਮ ਮਜੀਠੀਆ ਸਾਹਿਬ ਪਾਰਟੀ ਦੇ ਇੱਕ ਬਹੁਤ ਸੀਨੀਅਰ ਲੀਡਰ ਨੇ ਔਰ ਐਸੀਆਂ ਜਿਹੜੀਆਂ ਖਬਰਾਂ ਨੇ ਇਹਨਾਂ ਦਾ ਸੱਚਾਈ ਦੇ ਨਾਲ ਦੂਰ ਦੂਰ ਤੱਕ ਦਾ ਵਾਸਤਾ ਹੈ। ਕਲੇ ਸਾਹਿਬ, ਪੰਜਾਬ ਬਚਾਓ ਯਾਤਰਾ ਵਿੱਚ ਨਜ਼ਰ ਨਹੀਂ ਆਉਂਦੇ, ਕੋਈ ਵੱਡੀ ਰੈਲੀ ਦੇ ਵਿੱਚ ਨਜ਼ਰ ਨਹੀਂ ਆ ਰਹੇ, ਬਠਿੰਡਾ ਚ ਨਜ਼ਰ ਨਹੀਂ ਆ ਰਹੇ, ਏਦਾਂ ਦੀਆਂ ਜਿਹੜੀਆਂ ਰੈਲੀਆਂ ਉਹਨਾਂ ਚ ਨਜ਼ਰ ਨਹੀਂ ਆ ਰਹੀ ਮਜੀਠੀਆ ਸਾਹਿਬ। ਦੇਖੋ ਮੈਂ ਫੇਰ ਦੁਬਾਰਾ ਤੁਹਾਨੂੰ ਕਰੈਕਟ ਕਰਦੇ ਆ ਜੀ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਦੀ ਤਬੀਅਤ ਨਸਾਜ਼ ਹੋਈ ਸੀ ਔਰ ਉਹ ਦੋ ਹਲਕੇ ਸੀ ਪਾਇਲ ਤੇ ਸਮਰਾਲਾ, ਉੱਥੇ ਪੰਜਾਬ ਬਚਾਓ ਯਾਤਰਾ ਦੀ ਕਮਾਨ ਕਿਹਨੇ ਸਾਂਭੀ ਸੀ? ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸਾਂਭੀ ਸੀ ਆ ਕੇ। ਸੋ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਇਹ ਸਾਰੇ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਇਹਦੀ ਕਮਾਨ ਸਾਂਭ ਰਹੇ ਨੇ। ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਜਿੱਥੇ ਪਾਰਟੀ ਨੇ ਉਹਨਾਂ ਦੀ ਡਿਊਟੀ ਲਾਈ ਹੈ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਨੇ ਔਰ ਪਾਰਟੀ ਬਿਲਕੁਲ ਇੱਕ ਜੁੱਟ ਹੈ। ਸੋ ਮੈਂ ਆਪ ਜੀ ਨੂੰ ਵੀ ਕਹੂੰਗਾ ਕਿ ਐਸੀਆਂ ਜਿਹੜੀਆਂ ਖਬਰਾਂ ਨੇ ਫੇਕ ਨੇ ਮੌਜੂਦਾ ਸਰਕਾਰ ਹੁੰਦੀ ਹੈ ਉਹ ਜਾਣ ਕੇ ਅਫਵਾਹਾਂ ਡਾ ਰਹੀ ਹੈ ਵਿਰੋਧੀ ਧਿਰਾਂ ਜਿਹੜੀਆਂ ਉਹਨਾਂ ਦੇ ਖਾਸ ਕਰਕੇ ਆਈ ਟੀ ਵਿੰਗ ਨੇ ਜਿਹੜੇ ਵਿਰੋਧੀ ਧਿਰ ਕਿਸੇ ਵੀ ਪਾਰਟੀ ਦਾ ਤੇ ਉਹ ਜਿਹੜੇ ਦੂਜੀਆਂ ਧਿਰਾਂ ਦੇ ਖਿਲਾਫ ਜਿਹੜੇ ਨੇ ਅਫਵਾਹ ਉਠਾਉਂਦਾ ਰਹਿੰਦਾ ਉਹਨਾਂ ਨੇ ਮੁੱਢੋ ਨਕਾਰਤਾ। ਪਰ ਜਿਹੜੀ ਚਰਚਾ ਤਾਂ ਇਹ ਚੱਲ ਰਹੀ ਹੈ ਕਿ ਜਦੋਂ ਤੋਂ ਖਡੂਰ ਸਾਹਿਬ ਦੀ ਜਿਹੜੀ ਟਿਕਟ ਹੈ ਉਹ ਅਨਾਊਂਸ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ, ਉੱਥੋਂ ਵਿਰਸਾ ਸਿੰਘ ਬਲਟੂਹਾ ਨੂੰ ਉਮੀਦਵਾਰ ਲਾਉਂਦੇ ਕਹਿੰਦੇ ਉਦੋਂ ਤੋਂ ਨਾਰਾਜ਼ ਚੱਲ ਰਿਹਾ ਕਿਉਂਕਿ ਜਿਹੜਾ ਇਹ ਇਲਾਕਾ ਖਡੂਰ ਸਾਹਿਬ ਏਰੀਆ ਆਪਾਂ ਪਹਿਲੇ ਕਈ ਵਾਰ ਚਰਚਾ ਕਰ ਚੁੱਕੇ ਇਸ 'ਤੇ ਕਿ ਇਹ ਪੰਥਕ ਸੀਟ ਹੈ ਅਤੇ ਉੱਥੋਂ ਬਿਕਰਮ ਸਿੰਘ ਮਜੀਠੀਆ ਇੱਕ ਵੱਡੇ ਦਾਅਵੇਦਾਰ ਸੀ। ਬਿਲਕੁਲ, ਬੇਸ਼ੱਕ ਉਹਨਾਂ ਨੂੰ ਪਾਰਟੀ ਚੋਣ ਨਹੀਂ ਲੜਾਉਣਾ ਚਾਹੁੰਦੇ ਸੀ, ਸੁਖਬੀਰ ਬਾਦਲ ਨਹੀਂ ਚੋਣ ਲੜਾਉਣਾ ਚਾਹੁੰਦੇ ਸਨ ਕਿਉਂਕਿ ਉਹਨਾਂ ਨੂੰ ਇਹ ਸੀਗਾ ਵੀ ਆਪਾਂ ਇੱਕ ਜਗ੍ਹਾ ਤੇ ਉਹਨਾਂ ਨੂੰ ਸੀਮਿਤ ਕਰਕੇ ਨਹੀਂ ਰੱਖਣਾ, ਉਹਨਾਂ ਤੋਂ ਆਪਾਂ ਪੂਰੇ ਪੰਜਾਬ 'ਚ ਪ੍ਰਚਾਰ ਜਿਹੜਾ ਹੈਗਾ ਉਹ ਕਰਾਉਣਾ। ਹੋ ਸਕਦਾ ਪਾਰਟੀ ਸੋਚਦੀ ਹੋਵੇ ਵੀ ਜੇਕਰ ਉਹਨਾਂ ਨੂੰ ਟਿਕਟ ਦਿੰਦੇ ਤਾਂ ਆਪਣੇ ਇਲਾਕੇ ਦੇ ਵਿੱਚ ਹੀ ਪ੍ਰਚਾਰ ਕਰਦੇ ਤਾਂ ਹੋਰ ਏਰੀਆ ਦੇ ਵਿੱਚ ਉਹ ਜਾ ਨਹੀਂ ਸਕਦੇ ਸੀ। ਉਹ ਦੇਖੋ ਪਾਰਟੀ ਤਾਂ ਸੋਚ ਰਹੀ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹ ਤਾਂ ਇਹ ਗੱਲ ਸੋਚ ਰਹੇ ਨੇ, ਪਰ ਬਿਕਰਮ ਮਜੀਠੀਆ ਵੀ ਕਿਤੇ ਨਾ ਕਿਤੇ ਸੋਚ ਰਹੇ ਨਾ ਵੀ ਹੁਣ ਉਹ ਲੋਕ ਸਭਾ ਤੋਂ ਵਾਂਝੇ ਰਹਿ ਗਏ, ਹੋਰ ਕਹਿੰਦਾ ਜਿੱਤ ਕੇ ਲੋਕ ਸਭਾ ਚਲੇ ਜਾਂਦੇ ਹੋ, ਇਸ ਕਰਕੇ ਨਾਰਾਜ਼ਗੀ ਜਿਹੜੀ ਹੈਗੀ ਕਿਤੇ ਨਾ ਕਿਤੇ ਦਿਖਾਈ ਦੇ ਰਹੀ ਹੈ। ਹੁਣ ਉਹ ਕਹਿ ਰਹੇ ਨੇ ਵੀ ਜਿਹੜੇ ਅਰਸ਼ਦੀਪ ਸਿੰਘ ਕਲੇਰ ਕਹਿੰਦੇ ਕੋਈ ਨਾਰਾਜ਼ਗੀ ਨਹੀਂ, ਪਰ ਇੱਕ ਪਾਸੇ ਬਿਕਰਮ ਮਜੀਠੀਆ ਦੇ ਭੈਣ ਸਿਮਰਨ ਹਰਸਿਮਰਤ ਕੌਰ ਬਾਦਲ ਉਹ ਬਠਿੰਡਾ ਚ ਖੜੇ ਹੋਣ ਤੇ ਉਹਨਾਂ ਲਈ ਉੱਥੇ ਚੋਣ ਪ੍ਰਚਾਰ ਨਾ ਹੋਵੇ, ਪ੍ਰਚਾਰ ਕਰਨ ਵਾਸਤੇ ਨਾ ਜਾਵੇ, ਫਿਰ ਖਾਸ ਕਰਕੇ ਪਾਰਟੀ ਦੇਖੋ ਇੱਕ ਇਹ ਵੀ ਹੈ ਕਿ ਇਹ ਨਹੀਂ ਹੈਗਾ ਵੀ ਸ਼੍ਰੋਮਣੀ ਅਕਾਲੀ ਦਲ ਹੋਰ ਨਾ ਕਈ ਸਟੇਟਾਂ ਚੋਣ ਲੜ ਰਿਹਾ ਤੇ ਇਸ ਕਰਕੇ ਉਧਰ ਬਿਜ਼ੀ ਹੈ ਜਾਂ ਉਧਰੋਂ ਟਾਈਮ ਨਹੀਂ ਮਿਲ ਰਿਹਾ, ਉਹ ਤਾਂ ਇੱਕੋ ਹੀ ਸਟੇਟ ਹੈ ਪੰਜਾਬ ਚ ਕੱਲਾ, 13 ਸੀਟਾਂ ਨੇ। ਇੱਕ ਰਮਾਨ ਜੀ ਵੀ ਚਰਚਾ ਚੱਲ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਜਦੋਂ ਪਰਿਵਾਰ ਨੂੰ ਟਿਕਟ ਨਹੀਂ ਮਿਲੀ ਤਾਂ ਕਿਤੇ ਜਦੋਂ ਸਭ ਤੋਂ ਪਹਿਲਾ ਰਿਐਕਸ਼ਨ ਜਿਹੜਾ ਮਜੀਠੀਆ ਦਾ ਆਇਆ ਸੀ ਵੀ ਟਿਕਟ ਮਿਲਣੀ ਚਾਹੀਦੀ ਸੀ ਕਿਉਂਕਿ ਪੁਰਾਣੇ ਲੀਡਰ ਨੇ ਜੇਕਰ ਘਰ ਵਾਪਸੀ ਕੀਤੀ ਹੈ
ਤਾਂ ਟਿਕਟ ਮਿਲਣ ਦੀ ਜਿਹੜੀ ਆ ਆਸ ਪੂਰੀ ਸੀ, ਪਰ ਕਿਉਂ ਨਹੀਂ ਮਿਲੀ ਇਹ ਬੜਾ ਦੁੱਖ ਹੈ। ਉਹਨੇ ਵੀ ਜਾਇਨ ਕੀਤਾ ਸੀ, ਉਹਨਾਂ ਨੇ ਵੀ ਕੀਤਾ ਸੀ ਇਲੈਕਸ਼ਨ, ਬੀਬੀ ਜਗੀਰ ਕੌਰ ਨੇ ਵੀ ਕੀਤਾ ਸੀ। ਹਾਂ ਬਿਲਕੁਲ, ਹੈਨਾ, ਪਰ ਇਹ ਵੀ ਕਿਤੇ ਨਾ ਕਿਤੇ ਫੈਕਟ ਹੋ ਸਕਦਾ, ਇਹ ਵੀ ਹੋ ਸਕਦਾ, ਪਰ ਗੱਲ ਇਹ ਹੈ ਵੀ ਵਿਕਰਮ ਮਜੀਠੀਆ ਤਾਂ ਉਹ ਫੈਕਟ ਹੋ ਗਿਆ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਟਿਕਟ ਨਹੀਂ ਮਿਲੀ, ਦੂਜਾ ਬਿਕਰਮ ਸਿੰਘ ਮਜੀਠੀਆ ਨੂੰ ਖੁਦ ਟਿਕਟ ਨਹੀਂ ਮਿਲੀ, ਉਹ ਦਾਅਵੇਦਾਰ ਸੀਗੇ ਵੱਡੇ ਖਡੂਰ ਸਾਹਿਬ ਤੋਂ। ਹੁਣ ਗੱਲ ਇਹ ਹੈ ਕਿ ਜਿਹੜੀ ਦੂਰੀ ਕਿੱਥੋਂ ਬਣਾਈ ਹੋਈ ਹੈ ਉਹਨਾਂ ਨੇ, ਇੱਕ ਤਾਂ ਉਹਨਾਂ ਦੇ ਇੱਕ ਆਪਣੀ ਭੈਣ ਦੇ ਇਲਾਕੇ ਦੇ ਵਿੱਚ ਜਾ ਕੇ ਹਲਕੇ ਦੇ ਵਿੱਚ ਬਠਿੰਡਾ ਤੋਂ ਚੋਣ ਪ੍ਰਚਾਰ ਨਹੀਂ ਕਰ ਰਹੇ। ਨੰਬਰ 2, ਅੱਜ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਤੋਂ ਦੁਬਾਰਾ ਕੱਲ੍ਹ ਤੋਂ ਜਿਹੜਾ ਆਪਣਾ ਪੰਜਾਬ ਬਚਾਓ ਯਾਤਰਾ ਹੈ ਉਹ ਸ਼ੁਰੂ ਕੀਤੀ ਹੈ, ਉਸ ਯਾਤਰਾ ਤੋਂ ਉਹਨਾਂ ਦੀ ਦੂਰੀ ਬਣੀ ਹੋਈ ਹੈ। ਫਿਰ ਪੂਰੇ ਪੰਜਾਬ ਦੇ ਵਿੱਚੋਂ 13 ਸੀਟਾਂ 'ਚੋਂ ਉਮੀਦਵਾਰ ਐਲਾਨ ਤੇ, ਅਤੇ 13 ਹਲਕਿਆਂ ਦੇ ਵਿੱਚੋਂ ਕਿਸੇ ਹਲਕੇ 'ਚੋਂ ਚੋਣ ਪ੍ਰਚਾਰ ਨਹੀਂ ਕਰ ਰਹੇ, ਚਾਹੇ ਬੇਸ਼ੱਕ ਉਹ ਡਾਕਟਰ ਦਲਜੀਤ ਸਿੰਘ ਹੋਵੇ, ਵੱਡਾ ਚਿਹਰਾ ਹੋਵੇ। ਕਿਉਂਕਿ ਦੇਖੋ ਪਾਰਟੀ ਕੋਲ ਤਾਂ ਜਿਹੜੀ ਸਟਾਰ ਪ੍ਰਚਾਰਕ ਦੋ ਹੀ ਹੈ, ਦੋ ਹੀ ਨੇ, ਜਾਂ ਤਾਂ ਸੁਖਬੀਰ ਸਿੰਘ ਬਾਦਲ, ਅਤੇ ਸੁਖਬੀਰ ਸਿੰਘ ਬਾਦਲ ਤੋਂ ਜੇਕਰ ਆਪਾਂ ਸਟਾਰ ਪ੍ਰਚਾਰਕਾਂ ਦੀ ਸੂਚੀ ਲਾਈਏ ਤਾਂ ਜਿਹੜਾ ਦੂਜਾ ਨਾਮ ਹੈ ਉਹ ਬਿਕਰਮ ਸਿੰਘ ਮਜੀਠੀਆ ਦਾ ਆਉਂਦਾ। ਠੀਕ ਹੈ, ਬਿਕਰਮ ਸਿੰਘ ਮਜੀਠੀਆ ਉਹ ਕਿਤੇ ਵੀ ਪ੍ਰਚਾਰ ਨਹੀਂ ਕਰ ਰਹੇ, ਠੀਕ ਹੈ, ਨੁੱਕੜ ਮੀਟਿੰਗਾਂ ਕਰ ਰਹੇ ਨੇ, ਉਹ ਸੋਸ਼ਲ ਮੀਡੀਆ ਤੇ ਪਾ ਰਹੇ ਨੇ, ਮੰਨ ਲਓ ਕਿਸੇ ਦੁੱਖ ਸੁੱਖ ਦੇ ਵਿੱਚ ਜਾ ਰਹੇ ਨੇ, ਕਿਸੇ ਦੇ ਭੋਗ ਤੇ ਜਾ ਰਹੇ ਨੇ, ਕਿਸੇ ਨਾਲ ਘਰ ਦੇ ਵਿੱਚ ਮੀਟਿੰਗ ਕਰ ਰਹੇ ਆ, ਇਦਾਂ ਜਿਹੜੇ ਮੀਟਿੰਗ ਉਹ ਚੱਲ ਰਹੀਆਂ ਨੇ। ਸੋਸ਼ਲ ਮੀਡੀਆ ਤਾਂ ਬੜੇ ਐਕਟਿਵ ਨੇ, ਕਿਉਂਕਿ ਕੱਲ੍ਹ ਹੀ ਜਿਹੜਾ ਉਹਨਾਂ ਦੇ ਇੱਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਲੈ ਕੇ ਵੀ ਇੱਕ ਬਿਆਨ ਆਇਆ, ਪਰ ਆਫੀਸ਼ੀਅਲ ਜਿਹੜਾ ਉਹ ਕਿਸੇ ਵੀ ਮੀਟਿੰਗ ਦੇ ਵਿੱਚ ਨਹੀਂ ਜਾ ਰਹੇ, ਸੋਸ਼ਲ ਮੀਡੀਆ ਦੇ ਥਰੂ ਮੈਸੇਜ ਤਾਂ ਜ਼ਰੂਰ ਦੇ ਰਹੇ ਨੇ ਉਹ। ਨਹੀਂ ਦੇਖੋ, ਕਈ ਵਾਰ ਇਹ ਵੀ ਹੁੰਦਾ ਅਮਰ ਜੀ, ਦੀ ਇੱਕ ਕਹਾਵਤ ਹੈ ਪੰਜਾਬੀ ਦੀ, ਉਹ ਕਹਿੰਦੇ ਵੀ ਸ਼ੇਰ ਜਦੋਂ ਅੱਗੇ ਜਾਂਦਾ ਨਾ ਪਰ ਉਸ ਤੋਂ ਪਹਿਲਾਂ ਦੋ ਕਦਮ ਪਿੱਛੇ ਜਾ ਕੇ ਫਿਰ ਅੱਗੇ ਭੱਜਦਾ ਉਹ, ਹਨਾ। ਹੋ ਸਕਦਾ ਇਦਾਂ ਵੀ ਹੋਵੇ ਵੀ ਇੱਕ ਵਾਰ ਬੈਠ ਕੇ ਜੋ ਫਿਰ ਇੱਕਦਮ ਜਿਹੜਾ ਹੈਗਾ ਚੋਣ ਪ੍ਰਚਾਰ ਨੂੰ, ਪਰ ਉਹਨਾਂ ਦੀ ਇੱਕ ਵੱਡੀ ਗੱਲ ਹੋਰ ਹੈ ਕਿ ਬੀਤੀ ਦਿਨ ਕੋਰ ਕਮੇਟੀ ਮੀਟਿੰਗ ਹੋਈ ਸੀ ਅਕਾਲੀ ਦਲ ਦੀ, ਉਹਦੇ 'ਚ ਵੀ ਨਹੀਂ ਗਏ ਉਹਨਾਂ ਨੇ, ਉਹਦੇ 'ਚ ਕੋਰ ਕਮੇਟੀ ਦੇ ਵਿੱਚ ਢੀਂਡਸਾ ਪਰਿਵਾਰ ਵੀ ਨਹੀਂ ਗਿਆ, ਬਿਕਰਮ ਸਿੰਘ ਮਜੀਠੀਆ ਵੀ ਨਹੀਂ ਸ਼ਾਇਦ ਗਏ ਉਹਦੇ 'ਚ, ਉਹ ਵੀ ਗੈਰ ਹਾਜ਼ਰ ਰਹੇ ਨੇ, ਅਤੇ ਇੱਕ ਤੋਂ ਹੋਰ ਲੀਡਰ ਵੱਡੇ ਜਿਹੜੇ ਉਸ ਵਿੱਚ ਗੈਰ, ਪਰ ਜਿਹੜੀ ਇਹ ਗੈਰ ਹਾਜ਼ਰੀਆਂ ਨਾ ਲਗਾਤਾਰ ਇਹ ਕਿਤੇ ਨਾ ਕਿਤੇ ਰੜਕਦੀਆਂ ਨੇ। ਜਿੰਨਾ ਮਰਜ਼ੀ ਤੁਸੀਂ ਕਹਿ ਲਓ ਕਿ ਆਪਾਂ ਇੱਕ ਬਹਾਨਾ ਹੈਗਾ ਆਪਣੇ ਕੋਲ, ਆਪਾਂ ਲਾ ਰਹੇ ਹਾਂ, ਜਾਂ ਬਿਮਾਰ ਸੀ, ਜਾਂ ਬਾਹਰ ਸੀ, ਜਾਂ ਕਿਤੇ ਦੂਰ ਸੀਗੇ, ਜਾਂ ਆਪਾਂ ਨਹੀਂ ਜਾ ਸਕੇ, ਜਾਂ ਚੋਣ ਪ੍ਰਚਾਰ ਬਿਜ਼ੀ ਸੀ, ਪਰ ਲੋਕਾਂ ਦੇ ਵਿੱਚ ਚਰਚਾ ਜਿਹੜੀ ਹੈ ਜ਼ਰੂਰ ਹੁੰਦੀ ਹੈ। ਰਵਾਣਾ ਜੀ, ਸਾਡੇ ਜਿਹੜੇ ਸੋਰਸ ਨੇ ਇਹ ਵੀ ਦੱਸਦੇ ਨੇ ਵੀ ਜਦੋਂ ਅਕਾਲੀ ਦਲ ਨੇ ਟਿਕਟਾਂ ਵੰਡਣੀਆਂ ਸੀ ਨਾ ਤਾਂ ਕਹਿੰਦੇ ਮਨਜੀਠੀਆ ਜੀ ਨੂੰ ਜਿਹੜਾ ਪੁੱਛਿਆ ਨਹੀਂ ਗਿਆ, ਤਾਂ ਇਹ ਵੀ ਹੋ ਸਕਦਾ ਹੈ ਵੀ ਜਦੋਂ ਟਿਕਟਾਂ ਵੰਡੀਆਂ ਗਈਆਂ ਹੋਣ ਤਾਂ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਆਪ ਪੁੱਛਿਆ ਹੋਵੇ ਤਾਂ ਕਰਕੇ ਵੀ ਰਾਹ ਚੱਲ ਰਹੇ ਹੋਣ। ਅਮਰ ਜੀ ਦੇਖੋ, ਜੋ ਮਰਜ਼ੀ ਆਪਾਂ ਹੁਣ ਲਗਾ ਲਈਏ, ਚਾਹੇ ਆਪਾਂ ਇਹ ਲਗਾ ਲਈਏ ਕਿ ਉਹਨੂੰ ਟਿਕਟ ਨਹੀਂ ਮਿਲੀ, ਚਾਹੇ ਆਪਾਂ ਇਹ ਲਗਾ ਲਈਏ ਕਿ ਉਹਨਾਂ ਨੂੰ ਪੁੱਛਿਆ ਨਹੀਂ ਗਿਆ, ਕਿਉਂ ਦੇਖੋ ਪੁੱਛਣ ਵਾਲਿਆਂ ਦੇ ਵਿੱਚ ਤਾਂ ਬੀਬੀ ਜਗੀਰ ਕੌਰ ਵੀ ਆਉਂਦੇ ਨੇ ਕਿ ਪੁੱਛਿਆ ਨਹੀਂ ਗਿਆ, ਢੀਂਡਸਾ ਪਰਿਵਾਰ ਵੀ ਆਉਂਦਾ ਕਿ ਉਹਨਾਂ ਨੂੰ ਪੁੱਛਿਆ ਨਹੀਂ ਗਿਆ, ਅਤੇ ਹੋਰ ਕਈ ਲੀਡਰ ਵੀ ਹੈ ਜੇ ਹੋਣੇ। ਫਿਰ ਸਭ ਤੋਂ ਵੱਡੀ ਗੱਲ ਇਸ ਵਾਰ ਇਹ ਵੀ ਰਹੀ ਹੈ ਕਿ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਟਿਕਟ ਐਲਾਨੀ ਹੈ, ਪਹਿਲਾਂ ਕੀ ਹੁੰਦਾ ਸੀ ਕਿ ਪਹਿਲੀ ਲਿਸਟ 'ਚ ਪਹਿਲੇ ਨਾਮ 'ਤੇ ਬੀਬਾ ਹਰਸਿਮਰਤ ਕੌਰ ਵਾਲਾ ਨਾਮ ਹੁੰਦਾ ਸੀ, ਇਸ ਵਾਰ ਦੂਜੀ ਲਿਸਟ 'ਚ ਉਹਨਾਂ ਦਾ ਨਾਮ ਆਇਆ। ਠੀਕ ਹੈ, ਉਹ ਵੀ ਕਿਤੇ ਨਾ ਕਿਤੇ ਮਤਲਬ ਉਹਨਾਂ ਨੇ ਇਹ ਬਿਨਾਂ ਟਿਕਟ ਤੋਂ ਕਹਿਤਾ ਸੀ ਵੀ ਜੇ ਮੈਂ ਲੜਨਾ ਤਾਂ ਬਠਿੰਡੇ ਤੋਂ ਲੜਨਾ, ਮੇਰੇ ਲੜਨਾ ਹੀ ਨੀਗਾ, ਮੇਰੀ ਸੀਟ ਹੀ ਬਠਿੰਡਾ ਹੋਊਗੀ। ਮਤਲਬ ਕਿ ਇਸ ਵਾਰ ਜਿਹੜੇ ਚੋਣਾਂ ਦੇ ਵਿੱਚ ਕਾਫੀ ਕੁਝ ਜਿਹੜਾ ਦੇਖਣ ਨੂੰ ਮਿਲਿਆ, ਠੀਕ ਹੈ ਉਹਨਾਂ ਨੂੰ ਪੁੱਛਿਆ ਨਹੀਂ ਗਿਆ, ਇਸ ਕਰਕੇ ਵੀ ਨਾਰਾਜ਼ ਹੋ ਸਕਦੇ ਨੇ, ਪਰ ਗੱਲ ਇਹ ਹੈ ਕਿ ਜਦੋਂ ਇੱਕ ਵੱਡਾ ਚਿਹਰਾ ਕਿਤੇ ਨਾ ਕਿਤੇ ਪਾਰਟੀ ਤੋਂ ਨਾਰਾਜ਼ ਹੋਵੇ, ਵੱਡਾ ਚਿਹਰਾ ਚੋਣ ਪ੍ਰਚਾਰ 'ਚ ਨਾ ਜਾਵੇ, ਕਿਉਂਕਿ ਦੇਖੋ ਜਿਹੜਾ ਹੁਣ ਟਾਈਮ 'ਚ ਬਹੁਤਾ ਦੇਰ ਹੈ ਨਹੀਂ ਲੈਕਸ਼ਨ 'ਚ, ਇੱਕ ਤਾਂ ਹੋਵੇ ਨਾ ਵੀ 2-3 ਮਹੀਨੇ ਪਏ ਆ ਹਜੇ, ਹੁਣ ਜਿਵੇਂ ਜਿਵੇਂ ਟਾਈਮ ਨੇੜੇ ਆ ਰਿਹਾ ਸਮਾਂ ਵੀ ਬਹੁਤ ਘੱਟ ਹੈ, ਸਮਾਂ ਵੀ ਕੁਛ ਨਹੀਂ ਹੈਗਾ, ਕਿਉਂਕਿ 13 ਸੀਟਾਂ ਨੇ, 2 ਤੁਹਾਡੇ ਕੋਲ ਚਿਹਰੇ ਨੇ ਚੋਣ ਪ੍ਰਚਾਰ ਲਈ ਕਰਨ ਲਈ। ਠੀਕ ਹੈ, ਹੋਰ ਵੀ ਚਿਹਰੇ ਵੱਡੇ ਹੈਗੇ ਨੇ, ਚਾਹੇ ਉਹਦੇ ਵਿੱਚ ਭੁੰਦੜ ਸਾਹਿਬ ਹੈਗੇ ਨੇ, ਬੀਬੀ ਜਗੀਰ ਕੌਰ ਹੈਗੇ ਆ, ਜਾਂ ਹੋਰ ਵੱਡੇ ਚਿਹਰੇ ਜਿਹੜੇ ਚੋਣ ਪ੍ਰਚਾਰ ਲਈ ਹੈਗੇ ਨੇ, ਪਰ ਜਿਹੜੇ ਵੱਡੇ ਪ੍ਰਚਾਰਕ ਹੈ ਜਿਨ੍ਹਾਂ ਦਾ ਲੋਕਾਂ 'ਚ ਨਾਮ ਨੇ, ਜਿਹੜੇ ਜਿਨ੍ਹਾਂ ਲੋਕ ਸੁਣਦੇ ਆ, ਵਰਕਰ ਸੁਣਦੇ ਨੇ, ਔਰ ਹਰ ਇੱਕ ਜਿਹੜਾ ਉਮੀਦਵਾਰ ਹੈ 13 ਉਮੀਦਵਾਰਾਂ ਨੂੰ, ਜਿਹੜਾ ਵੀ ਉਮੀਦਵਾਰ ਹਰ ਕੇ ਚਾਹੇਗਾ ਕਿ ਮੇਰੇ ਹਲਕੇ ਸੁਖਬੀਰ ਸਿੰਘ ਬਾਦਲ ਰੈਲੀ ਕਰਨ, ਮੇਰੇ ਹਲਕੇ ਦੇ ਵਿੱਚ ਬਿਕਰਮ ਮਜੀਠੀਆ ਰੈਲੀ ਕਰਨ, ਕਿਉਂਕਿ ਉਹਨਾਂ ਦਾ ਜਿਹੜਾ ਲਹਿਜਾ, ਆਪਾਂ ਪਹਿਲਾਂ ਵੀ ਇਸ ਗੱਲ 'ਤੇ ਗੱਲ ਕਰੀਏ ਕਿ ਜਿਹੜਾ ਬਿਕਰਮ ਮਜੀਠੀਆ ਦਾ ਜਿਹੜਾ ਲਹਿਜਾ ਹੈ ਨਾ,
ਉਹ ਬੜਾ ਧੂੰਆਂਧਾਰ ਪ੍ਰਚਾਰ ਵਾਲਾ ਵੱਖਰੇ ਅੰਦਾਜ਼ ਦੇ ਵਿੱਚ ਉਹ ਵੱਖਰੇ ਅੰਦਾਜ਼ ਆ ਜਿਹੜੇ ਵਿਰੋਧੀਆਂ ਨੂੰ ਬੜੇ ਨਿਸ਼ਾਨੇ ਤੇ ਲੈਂਦੇ ਨੇ ਤੇ ਨਿਸ਼ਾਨੇ ਤੇ ਵੀ ਉਹ ਇਹੋ ਜਿਹੇ ਅੰਦਾਜ਼ ਚ ਲੈਂਦੇ ਨੇ ਕਿ ਲੋਕ ਹੱਸਦੇ ਵੀ ਹੈ, ਲੋਕ ਤਾੜੀਆਂ ਵੀ ਮਾਰਦੇ ਨੇ, ਲੋਕ ਨਾਅਰੇਬਾਜ਼ੀ ਵੀ ਕਰਦੇ ਨੇ ਜਦੋਂ ਉਹਨਾਂ ਇੱਕ ਤੰਜ ਕੱਸਦੇ ਨੇ ਵਿਰੋਧੀ ਪਾਰਟੀਆਂ ਤੇ, ਤੇ ਫਿਰ ਲੋਕ ਜਿਹੜੇ ਕਈ ਵਾਰ ਜਕਾਰਾ ਵੀ ਛੱਡ ਦਿੰਦੇ ਨੇ, ਤੁਹਾਨੂੰ ਪਤਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਉਹ ਜਕਾਰਿਆਂ ਦਾ ਮਾਹਰ ਹੈ ਨਾ, ਉਹ ਫਿਰ ਜਕਾਰਾ ਵੀ ਛੱਡ ਦਿੰਦੇ ਨੇ ਕਈ ਵਾਰੀ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਟ੍ਰੋਲ ਵੀ ਬੜੇ ਬਣੇ ਨੇ, ਹਾਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਨੇ ਇਹ ਖਾਸ ਕਰਕੇ ਵਿਰੋਧੀਆਂ ਨੂੰ ਵੱਡੇ ਨਿਸ਼ਾਨੇ ਤੇ ਲੈਣਾ। ਇਹ ਦੋ ਵੱਡੇ ਲੀਡਰ ਨੇ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ। ਸੁਖਬੀਰ ਸਿੰਘ ਬਾਦਲ ਤਾਂ ਲਗਾਤਾਰ ਜਾ ਰਹੇ ਨੇ, ਉਹਨਾਂ ਨੇ ਆਪਣੀ ਪੰਜਾਬ ਬਚਾਓ ਯਾਤਰਾ ਜਿਹੜੀ ਹੈਗੀ ਉਹ ਸ਼ੁਰੂ ਕਰ ਲਈ, ਪਰ ਕਾਫੀ ਦੇਰ ਤੋਂ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਇੱਕੋ ਫਰੇਮ 'ਚ ਨਜ਼ਰ ਨਹੀਂ ਆ ਰਹੇ। ਜਿਹੜੀ ਵੱਡੀ ਚਰਚਾ ਇਸੇ ਗੱਲ ਦੀ ਹੈ ਕਿ ਉਹ ਦੋਨੋਂ ਲੀਡਰ ਇੱਕ ਫਰੇਮ 'ਤੇ ਨਜ਼ਰ ਕਿਉਂ ਨਹੀਂ ਆ ਰਹੇ? ਇੱਕ ਲੱਗਦਾ ਤੁਹਾਨੂੰ ਕੀ ਲੱਗਦਾ ਹੈ, ਜੇਕਰ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹੋਣਗੇ ਕਿ ਤੁਹਾਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਜਿਹੜਾ ਉਹਨਾਂ ਨੂੰ ਮਨਾ ਲੈਣਗੇ, ਕਿਉਂਕਿ ਸਮਾਂ ਵੀ ਬਹੁਤ ਘੱਟ ਹੈ? ਕਿਉਂਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਤੁਸੀਂ 13 ਦੇ 13 ਸੀਟਾਂ ਜਿਹੜੀਆਂ ਜਿੱਤਾਂਗੇ, ਕੀ ਲੱਗਦਾ ਜੇਕਰ ਵੱਡਾ ਚਿਹਰਾ ਸਾਹਮਣੇ ਨਹੀਂ ਆਏਗਾ ਤੁਹਾਨੂੰ ਲੱਗਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰਚਾਰ ਦੀ ਕਮੀ ਹੋਵੇਗੀ, ਜਿਹੜਾ 13 ਦਾ ਵਾਅਦਾ ਕੀਤਾ ਕਿ ਉਹ ਪੂਰਾ ਹੋ ਸਕੇਗਾ? ਨਹੀਂ ਦੇਖੋ, ਗੱਲ ਇਹ ਅਮਰਜੀਤ, ਕੋਈ ਜਿਹੜੀਆਂ ਨਾਰਾਜ਼ਗੀਆਂ ਨੇ ਬਹੁਤੀ ਦੇਰ ਨਹੀਂ ਚੱਲਦੀਆਂ, ਅਤੇ ਵੈਸੇ ਤਾਂ ਆਮ ਲੀਡਰ ਜਿੰਨੇ ਹੈਗੇ ਨੇ ਕਿਸੇ ਵੀ ਲੀਡਰ ਦੀ ਜਿਹੜੀ ਹੈਗੀ ਆ ਪਾਰਟੀ ਨਾਰਾਜ਼ ਹੌਲੀ 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 ਜਿਹੜੀ ਪਾਰਟੀ ਸੁਪਰੀਮ ਹੁੰਦੀ ਉਹ ਬਣਾ ਲੈਂਦੀ ਹੈ। ਪਰ ਇਹ ਤਾਂ ਘਰ ਦਾ ਖਰਚ ਹੈ ਨਾ, ਕਿਉਂਕਿ ਦੇਖੋ ਸੁਖਬੀਰ ਸਿੰਘ ਬਾਦਲ ਦੇ ਇੱਧਰ ਰਿਸ਼ਤੇਦਾਰ ਨੇ, ਦਸਾਲਾ ਸਾਹਿਬ ਨੇ ਉਹਨਾਂ ਦੇ, ਤਾਂ ਇਸ ਕਰਕੇ ਘਰ ਦਾ ਖਰਚ ਹੈਗਾ, ਨਾਰਾਜ਼ਗੀ ਬਹੁਤੀ ਦੇਰ ਨਹੀਂ ਚੱਲਣੀ। ਤਾਂ ਹੋ ਸਕਦਾ ਉਹਨਾਂ ਨੂੰ ਕਿਸੇ ਹੋਰ ਉਹਦੇ 'ਚ ਮੰਨ ਲਓ ਉਹਦੇ 'ਤੇ ਲਿਆ ਕੇ ਕਿਤੇ ਟਿਕਾ ਲੈਣ, ਪਰ ਉਹ ਵੀ ਨਹੀਂ, ਉਹਦਾ ਸਾਰਾ ਪਾਰਟੀ ਉਹ ਇਹਨਾਂ ਦੀ ਹੈ। ਗੱਲ ਤਾਂ ਇਹ ਹੁੰਦਾ ਨਾ ਕਿ ਜੇ ਕੋਈ ਵਿਰੋਧਿਕ ਪਾਰਟੀ ਉਹਨਾਂ ਕੋਲ ਕੋਈ ਨਾ ਹੋਵੇ ਫਿਰ ਤਾਂ ਉਹਨਾਂ ਨੂੰ ਕਹਿਣ ਵੀ ਤੁਹਾਨੂੰ ਆਹ ਚੀਜ਼ ਲਾ ਦਾਂਗੇ, ਜਾਂ ਤੁਹਾਨੂੰ ਰਾਜਸਭਾ ਭੇਜ ਦਾਂਗੇ, ਜਾਂ ਤੁਹਾਨੂੰ ਮੰਤਰੀ ਬਣਾ ਦਾਂਗੇ, ਤੁਹਾਨੂੰ ਐਮਐਲਏ ਬਣਾ ਦਾਂਗੇ, ਉਹ ਤਾਂ ਟਿਕਟਾਂ ਵੰਡਣ ਵਾਲਿਆਂ 'ਚ ਨੇ ਨਾ। ਜਿਹੜੇ ਵਿਕਰਮ ਮਜੀਠੀਆ ਹੈਗੇ ਨੇ, ਸੁਖਬੀਰ ਸਿੰਘ ਬਾਦਲ ਨੇ, ਇੱਕੋ ਪਰਿਵਾਰ ਦੇ ਮੈਂਬਰ ਆ, ਇੱਕੋ ਪਾਰਟੀ ਦੇ ਮੈਂਬਰ ਆ, ਉਹ ਤਾਂ ਇੱਕੋ ਪਰਿਵਾਰ ਦੇ ਵਿੱਚ ਨੇ। ਇਸ ਕਰਕੇ ਉਹ ਦੇਖੋ ਪਾਰਟੀ ਤਾਂ ਮੁੱਢੋਂ ਨਕਾਰ ਰਹੀ ਹੈ ਕਿ ਨਹੀਂ ਕੋਈ ਨਾਰਾਜ਼ਗੀ ਨਹੀਂ ਹੈਗੀ, ਇਹ ਤਾਂ ਜਿਹੜੇ ਵਿਰੋਧੀ ਧਿਰਾਂ ਦਾ ਜਿਹੜਾ ਹੈਗਾ ਉਹ ਕੀਤਾ ਕਰਾਇਆ ਹੈਗਾ, ਵਿਰੋਧੀ ਧਿਰ ਕਹਿ ਰਹੇ ਨੇ ਨਾਰਾਜ਼ਗੀ ਕੋਈ ਨਹੀਂ ਹੈਗੀ, ਜੇ ਹਵਾ ਬਾਹਰ ਆਈ ਹੈ ਤਾਂ ਹੀ ਉੱਡੀ ਹੈ ਨਾ, ਪਤਾ ਲੱਗੇ। ਇਹ ਤਾਂ ਦੇਖੋ ਤਾਂ ਹੈਗੀ, ਇਹ ਤਾਂ ਆਪਾਂ ਨੂੰ ਵੀ ਪਤਾ, ਆਪਾਂ ਰੁਟੇ ਰਹਿੰਦੇ ਹੀ ਹਾਂ ਕਿ ਆਪਾਂ ਹੁਣ ਜਿਹੜੇ ਵਿਕਰਮ ਮਜੀਠੀਆ ਨੇ ਪਿਛਲੇ ਕਿੰਨੇ ਦਿਨਾਂ ਤੋਂ ਆਪਾਂ ਉਹਦੀ ਕੋਈ ਰੈਲੀ ਦੇਖੀ ਆ, ਕੋਈ ਬਿਆਨਬਾਜ਼ੀ ਵੱਡੀ ਦੇਖੀ ਹੈ? ਨਹੀਂ ਤਾਂ ਅਕਸਰ ਹੀ ਉਹ ਚਰਚਾ 'ਚ ਰਹਿੰਦੇ ਸੀਗੇ ਵੀ ਅੱਜ ਉਹਨਾਂ ਨੇ ਉਸ ਜਗ੍ਹਾ 'ਤੇ ਰੈਲੀ ਕੀਤੀ ਆ, ਕਹਿੰਦਾ ਅੱਜ, ਕਿਉਂਕਿ ਇੱਕ ਹੋਰ ਵੀ ਹੈ, ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਲਗਾਤਾਰ ਆਪਾਂ ਦੇਖਦੇ ਸੀਗੇ ਕਿ ਉਹ ਰੈਲੀਆਂ ਦੇ ਵਿੱਚ ਜਦੋਂ ਜਾਂਦੇ ਸੀਗੇ ਅਗਲੇ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਸੀ। ਬਿਲਕੁਲ ਬਿਲਕੁਲ, ਅੱਜ ਅਖਬਾਰਾਂ ਦੇ ਵਿੱਚ ਇਹ ਲੱਗਿਆ ਕਿ ਉਹ ਨਾਰਾਜ਼ ਚੱਲ ਰਹੇ ਨੇ, ਸੁਰਖੀ ਅੱਜ ਵੀ ਹੈ, ਬਿਲਕੁਲ ਹੈ ਨਾ, ਕੱਲ ਵੀ ਹੈ ਸੁਰਖੀਆਂ, ਪਹਿਲਾਂ ਰਹਿੰਦੇ ਸੀ ਕਿ ਵਿਰੋਧੀ ਧਿਰਾਂ ਨਿਸ਼ਾਨੇ ਤੇ ਲੈਂਦੇ ਸੁਰਖੀਆਂ ਸੀਗੇ, ਅੱਜ ਉਹ ਵੀ ਸੁਰਖੀਆਂ 'ਚ ਨੇ, ਪਰ ਅੱਜ ਇਹ ਸੁਰਖੀਆਂ ਦੇ ਵਿੱਚ ਨੇ ਅਖਬਾਰਾਂ 'ਚ ਕਿ ਵਿਕਰਮ ਮਜੀਠੀਆ ਨਾਰਾਜ਼ ਚੱਲ ਰਹੇ ਨੇ। ਕਿਤੇ ਨਾ ਕਿਤੇ ਦੇਖੋ ਗੱਲ ਤਾਂ ਜ਼ਰੂਰ ਹੈਗੀ ਆ, ਪਰ ਇਹ ਹੈ ਵੀ ਬਹੁਤੀ ਦੇਰ ਨਾਰਾਜ਼ਗੀ ਨਹੀਂ ਚੱਲਣੀ, ਉਹ ਮਨਾ ਲੈਣਗੇ ਤੇ ਉਹ ਮਨਾ ਕੇ ਪਾਰਟੀ ਲਈ ਪ੍ਰਚਾਰ ਵੀ ਕਰਨਗੇ। ਉਹਨਾਂ ਨੇ ਹੋਰ ਜਾਣਾ ਵੀ ਕਿੱਥੇ ਆ? ਅਗਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਰਹਿਣਗੇ ਤਾਂ ਜਾਣਾ ਵੀ ਕਿੱਥੇ ਆ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੈਗੀ ਆ ਜਿਹੜੀ, ਉਹ ਵਿਕਰਮ ਮਜੀਠੀਆ, ਉਹ ਸੁਖਬੀਰ ਸਿੰਘ ਬਾਦਲ ਹੋਣ, ਬੀਬਾ ਹਰਸਿਮਰ ਕੌਰ ਬਾਦਲ ਹੋਣ, ਜਿਹੜੇ ਇਹ ਦੋ ਤਿੰਨ ਜਿਹੜੀਆਂ ਹੈਗੀਆਂ ਵੱਡੇ ਲੀਡਰ ਨੇ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਹੀ ਰਹਿਣਾ ਤੇ ਅਕਾਲੀ ਦਲ ਲਈ ਕੰਮ ਕਰਨਗੇ ਤੇ ਉਹਨਾਂ ਲਈ ਕਿਤੇ ਹੋਰ ਕੇ ਜਾਣ ਦਾ ਕੋਈ ਰਸਤਾ ਨਹੀਂ ਹੈ। ਠੀਕ ਹੈ ਰਮਾਣੀ, ਧੰਨਵਾਦ। ਧੰਨਵਾਦ। ਸੋ ਬਿਲਕੁਲ, ਅਸੀਂ ਅੱਜ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਆ ਗੱਲਬਾਤ ਕੀਤੀ ਹੈ ਖਾਸ ਤੌਰ ਤੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ, ਉਹ ਜਿਹਨਾਂ ਨੂੰ ਕਿ ਮਾਝੇ ਦਾ ਜਰਨੈਲ ਕਿਹਾ ਜਾਂਦਾ ਹੈ, ਕਿ ਉਹ ਨਾਰਾਜ਼ ਚੱਲ ਰਹੇ ਨੇ, ਨਾਰਾਜ਼ ਦੀ ਵਜ੍ਹਾ ਕੀ ਹੈ, ਅਸੀਂ ਜਿਹੜੀ ਸਾਰਾ ਜਿਹੜੇ ਨਿਚੋੜ ਆ ਉਹ ਬੋਲਦਾ ਪੰਜਾਬ ਦੇ ਵਿੱਚ ਕੀਤਾ, ਅਤੇ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।